ਜਿਹੜੇ ਨੈਸ਼ਨਲ ਹਾਈਵੇ ਦੇ ਬ੍ਰਿਜਾਂ ਥੱਲੇ ਜਿਹੜੇ ਪੁਲ ਧਸਦੇ ਜਾ ਰਹੇ ਨਾ, ਇੱਕ ਹੁਣ ਬੱਸ ਸਟੈਂਡ ਕੋਲ ਜਿਹੜਾ ਧਸਿਆ, ਉਹਦੇ ਨਾਲ ਜਿਹੜੀ 2 ਮਹੀਨੇ ਤੋਂ ਟ੍ਰੈਫਿਕ ਸਿਸਟਮ ਜਿਹੜਾ ਲੜਖੜਾ ਗਿਆ, ਅਤੇ ਪਿੱਛੇ ਸਮਰਾਲਾ ਰੋਡ ਵੀ ਧਸਿਆ ਸੀ, ਹੁਣ ਲਲਹੇੜੀ ਰੋਡ ਦੀ ਵੀ ਖਬਰ ਆਈ ਹੈ। ਇਹਨਾਂ ਦਾ ਅਸੀਂ ਜਿਹੜਾ ਵੱਡਾ ਕਾਰਨ ਮੰਨਦੇ ਹਾਂ ਉਹ ਹੈਗਾ ਕਿ ਇਹ ਜਿਹੜੇ ਇਹਦੇ ਜ਼ਿੰਮੇਵਾਰ ਜਿਹੜੇ ਅਧਿਕਾਰੀ ਨੇ, ਜ਼ਿੰਮੇਵਾਰ ਪ੍ਰਸ਼ਾਸਨ ਹੈ, ਉਹ ਕੌਣ ਹੈ? ਇਹ ਨੈਸ਼ਨਲ ਹਾਈਵੇ ਨੂੰ ਬਣਾਇਆ ਗਿਆ ਜਦਕਿ ਉਹ ਨੈਸ਼ਨਲ ਹਾਈਵੇ ਕਿਤੇ ਵੀ ਅਪਰੋਚੇਬਲ ਨਹੀਂ ਹੈ। ਕੋਈ ਉਹਨਾਂ ਦਾ ਅਧਿਕਾਰੀ ਲੋਕਲ ਪੱਧਰ 'ਤੇ, ਕੋਈ ਤਹਿਸੀਲ ਪੱਧਰ 'ਤੇ, ਕੋਈ ਡਿਸਟ੍ਰਿਕਟ ਪੱਧਰ 'ਤੇ ਨਹੀਂ ਹੈ ਜਿੱਥੇ ਜਾ ਕੇ ਉਹਨਾਂ ਨੂੰ ਕੋਈ ਗੱਲਬਾਤ ਕੀਤੀ ਜਾ ਸਕੇ ਅਤੇ ਇਹਦਾ ਕੋਈ ਸੋਲਿਊਸ਼ਨ ਲੱਭਿਆ ਜਾ ਸਕੇ। ਵੱਡਾ ਕਾਰਨ ਇਹ ਹੈ ਵੀ ਲੋਕਲ ਪ੍ਰਸ਼ਾਸਨ ਇਹਦੇ ਲਈ ਜ਼ਿੰਮੇਵਾਰ ਨਹੀਂ ਹੈ, ਜਿਹੜੀ ਨੈਸ਼ਨਲ ਹਾਈਵੇ ਹੈ ਉਹਦਾ ਕਿਤੇ ਅਪਰੋਚਿੰਗ ਆਫਿਸ ਨਹੀਂ ਹੈ। ਤਾਂ ਹੁਣ ਲੋਕਲ ਪ੍ਰਸ਼ਾਸਨ ਨੇ, ਨਗਰ ਕੌਂਸਲ ਨੇ ਕੀ ਕੀਤਾ ਹੋਇਆ? ਤੁਸੀਂ GT ਰੋਡ ਦੇ ਜਿੰਨੇ ਬ੍ਰਿਜ ਨੇ ਸਾਰਿਆਂ ਥੱਲੇ ਕੂੜੇ ਦੇ ਡੰਪ ਬਣਾਏ ਹੋਏ ਨੇ ਔਰ ਬਹੁਤ ਸਾਲਾਂ ਤੋਂ ਚੱਲ ਰਹੇ ਨੇ। ਇਹ ਲੁਧਿਆਣੇ ਵੀ ਇੰਸੀਡੈਂਟ ਹੋਈ ਸੀ ਇੱਕ ਵਾਰੀ ਕਿ ਉੱਥੇ ਵੀ ਕੂੜੇ ਦੇ ਡੰਪ ਜਿਸ ਬ੍ਰਿਜ ਦੇ ਥੱਲੇ ਬਣੇ ਸੀ ਉਹ ਵੀ ਬ੍ਰਿਜ ਧਸ ਗਿਆ ਸੀ। ਤਾਂ ਅਸੀਂ ਮੇਨ ਕਾਰਨ ਇਹਦਾ ਮੰਨਦੇ ਹਾਂ ਵੀ ਜਿਹੜੇ ਪੁਲਾਂ ਦੇ ਥੱਲੇ ਇਹਨਾਂ ਨੇ ਕੂੜੇ ਦੇ ਡੰਪ ਬਣਾਏ ਆ ਲੋਕਲ ਪ੍ਰਸ਼ਾਸਨ ਨੇ, ਵੀ ਉਹ ਜਿਹੜਾ ਹੈਗਾ ਉੱਥੇ ਰੈਟਸ, ਚੂਹੇ ਜੋ ਹੈ, ਜਾਨਵਰ ਜੋ ਹੈ, ਡੰਗਰ ਜੋ ਹੈ ਪਲਦੇ ਆ, ਉਹ ਮਿੱਟੀ ਮੁੱਟੀ ਉਹਦੀ ਹੌਲੀ ਹੌਲੀ ਖਿਸਕਾਉਂਦੇ ਆ ਅਤੇ ਪੁਲ ਡੇਲੀ ਡੇ ਬਾਈ ਡੇ ਕਮਜ਼ੋਰ ਹੋ ਜਾਂਦੇ ਆ ਅਤੇ ਪੁਲ ਵਾਰੀ ਵਾਰੀ ਇਹ ਡਿੱਗਦੇ ਜਾਂਦੇ ਆ। ਜਿਵੇਂ ਕਿ ਖੰਨੇ ਦੇ ਵਿੱਚੋਂ ਜ਼ਿਆਦਾ ਮਿਸਾਲ ਹੈ, ਤੁਸੀਂ ਟ੍ਰੈਫਿਕ ਦਾ ਸਿਸਟਮ ਦੇਖੋ, ਜਾਮ ਲੱਗਦੇ ਨੇ ਲੰਮੇ ਲੰਮੇ ਅਤੇ ਪੁਲ ਨੂੰ ਮੇਰੇ ਖਿਆਲ ਰਿਪੇਅਰ ਚੱਲਦੇ ਨੂੰ 1.5 ਮਹੀਨੇ ਤੋਂ ਉੱਪਰ ਹੋ ਗਿਆ, ਹਜੇ ਵੀ ਸਾਨੂੰ ਲੱਗਦਾ ਨਹੀਂ ਵੀ ਛੇਤੀ ਹੋ ਜਾਏਗੀ। ਤਾਂ ਮੇਨ ਕਾਰਨ ਅਸੀਂ ਇਹਦਾ ਇਹ ਮੰਨਦੇ ਹਾਂ ਵੀ ਜਿਹੜੀ ਇਹਦੀ ਰਿਸਪੋਂਸੀਬਲ ਅਥਾਰਟੀ ਹੈ ਉਹ ਇੱਥੇ ਮੌਜੂਦ ਨਹੀਂ ਹੈ, ਜਿਹਦੇ ਕੋਲ ਸਾਡੀ NGO ਵੀ, ਅਸੀਂ ਟਰਾਈ ਕੀਤਾ ਬਹੁਤ ਵਾਰੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਖਣ ਦੀ, ਸਾਡਾ ਅੰਬਾਲਾ ਯੂਨਿਟ ਹੈ ਉੱਥੇ ਅਸੀਂ 2-3 ਵਾਰੀ ਲਿਖ ਚੁੱਕੇ ਹਾਂ, ਅਸੀਂ ਈਵਨ ਕਿ ਇਹਨੂੰ ਬਹੁਤ ਹਾਈ ਲੈਵਲ ਤੱਕ ਲਿਖ ਚੁੱਕੇ ਹਾਂ, ਲੇਕਿਨ ਉਹਦੇ 'ਚ ਸੁਣਵਾਈ ਕੋਈ ਨਹੀਂ ਹੈ। ਲੋਕਲ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਬ੍ਰਿਜਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਦਾ ਹੈ, ਆਪਣੇ ਲੋਕਲ ਕੰਮ ਕਰਨ ਲਈ ਵਰਤਦਾ, ਜਿਵੇਂ ਕੂੜੇ ਦੇ ਜਿਹੜੇ ਡੰਪ ਨੇ ਉਹ ਇੱਥੇ ਬਿਲਕੁਲ ਨਹੀਂ ਹੋਣੇ ਚਾਹੀਦੇ। ਅਗਰ ਇਹ ਇਮੀਡੀਏਟ ਸ਼ਿਫਟ ਨਾ ਕੀਤੇ ਗਏ ਤਾਂ ਇਹਦਾ ਬਿਲਕੁਲ ਥੋੜ੍ਹਾ ਜਿਹਾ ਹਿੱਸਾ ਪੁਲ ਦਾ ਧਸਿਆ, 2-3 ਸਮਰਾਲਾ ਰੋਡ ਦਾ, ਜਿਵੇਂ ਹੁਣ ਲਲਹੇੜੀ ਪੁਲ ਦੀ ਪ੍ਰੋਬਲਮ ਆਈ ਸੀ ਅਤੇ GT ਰੋਡ ਦੀ ਹੁਣ ਪ੍ਰੋਬਲਮ ਚੱਲ ਰਹੀ ਹੈ। ਤਾਂ ਇਹ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰੇਗਾ ਜਿਹਦੇ ਵਿੱਚ ਵੱਡਾ ਜਾਨੀ ਮਾਲੀ ਨੁਕਸਾਨ ਹੋਵੇਗਾ।